اے اللہ ہم تیری ہی عبادت کرتے ہیں اور تجھی سے مدد مانگتے ہیں۔ آواز کی دنیا کے دوستوں السلام علیکم، میرے انیمل ٹی وی تے خوش آمدید۔ میں تہاڈا میزبان محمد افضل تے تسی ویکھدے پئے ہو میرا انیمل ٹی وی۔ میرا انیمل ٹی وی لائک کرو، سبسکرائب کرو، شکریہ، تے نال ہی لگے بیل آئیکن دا بٹن دباؤ تاکہ میری ہر نویں آن والی لیٹسٹ ویڈیو دوستاں میرے تک سب تو پہلے پہنچے۔ جناب میری دعا ہے، میں امید کرنا میرے دوست ویر، میرے سبسکرائبر اور میرے انیمل ٹی وی دے نال پیار کرن والے جتھے وی وس رہے نے، خوش وس رہے نے، اللہ تعالیٰ دی پیر رحمت نازل ہو رہی ہیں۔ جناب اج دوستاں میرے دی خدمت دے وچ الحمدللہ جڑی گائے لے کے حاضر ہویا، شوقین دوستاں دے شوق پورے، چاہتاں والیاں دی چاہتاں پوریاں، ڈیمانڈاں والیاں دیاں ڈیمانڈاں پوریاں۔ ਅਤੇ ਗਾਏ ਦੱਸੀਏ ਦੋਸਤਾਂ ਮੇਰਾ ਨੂੰ ਗਾਏ ਕੀ ਹੈ, ਚੋਲਸਤਾਨੀ ਅਤੇ ਫਰੀਜ਼ਨ ਦਾ ਕਰਾਸ ਹੈ, ਦੂਸਰਾ ਵਾਰਾ ਸੂਈਏ, ਤਾਜ਼ਾ ਸੂਈਏ, ਜੇਰ ਪਾ ਲਈਏ, ਮੁਕੰਮਲ ਡਿਲੀਵਰੀ ਹੋ ਚੁੱਕੀ ਹੈ, ਵੱਛਾ ਦਿੱਤਾ, ਵੱਛਾ ਡਿਲੀਵਰ ਹੋਇਆ ਅਤੇ ਜੇਰ ਵੀ ਦਿਖਾਵਾਂਗੇ। ਬਾਕੀ ਮੈਦਾਨ ਵੱਡੇ ਦੀ, ਮੇਲਾ ਜਿੱਤਣ ਵਾਲੀ ਅਤੇ ਮੇਲੇ ਲਾਈ ਫਿਰਦੀ ਅਲਹਮਦੁਲਿਲਾ। ਗੱਲਾਂ ਨਹੀਂ, ਮੇਰਾ ਐਨੀਮਲ ਟੀ ਵੀ ਦਾ ਕੰਮ ਬੋਲਦਾ, ਦੋਸਤਾਂ ਨੂੰ ਪਤਾ ਅਲਹਮਦੁਲਿਲਾ ਗੱਲਾਂ ਨਹੀਂ ਕਰੀਦੀਆਂ। ਬਾਕੀ ਮੇਰੇ ਐਨੀਮਲ ਟੀ ਵੀ ਦਾ ਇੱਕ ਨਾਰਾ ਮਿਸ਼ਨ ਹੈ, ਘਰ ਦਾ ਦੁੱਧ, ਘਰ ਦੀ ਚਾਹ, ਲਾ ਫੈਂਟਾ ਅਤੇ ਪੀ ਚਾਹ। ਇਸ ਮਿਸ਼ਨ 'ਤੇ ਮੇਰੇ ਐਨੀਮਲ ਟੀ ਵੀ ਦਾ ਕਾਫਲਾ ਰਵਾਂ ਦਵਾਂ। ਇਸੇ ਮਿਸ਼ਨ ਦੀ ਅੱਜ ਦੀ ਗਾਇ ਲੈ ਕੇ ਹਾਜ਼ਰ ਹੋਇਆ। ਦੋਸਤ ਵੀ ਸੋਨਾ ਲੈਂਦੇ ਨੇ, ਮੇਰੇ ਐਨੀਮਲ ਟੀ ਵੀ ਸੋਨਾ ਦਿਖਾਉਂਦਾ, ਸੋਨਾ ਹੀ ਵੇਚਦਾ ਅਤੇ ਸੋਨਾ ਹੀ ਦੋਸਤਾਂ ਮੇਰਿਆਂ ਦੇ ਘਰ ਭੇਜਦਾ ਅਲਹਮਦੁਲਿਲਾ। ਅਤੇ ਦਿਖਾਉਂਦੇ ਹਾਂ ਫਿਰ ਅੱਜ ਦਾ ਸੋਨਾ, ਬਾਕੀ ਜਨਾਬ ਨਾਲ ਨਾਲ ਗੱਲਾਂ ਵੀ ਸ਼ੇਅਰ ਹੋਣਗੀਆਂ। ਦਿਖਾਓ ਜੀ, ਲਓ ਜੀ ਦੋਸਤੋ, ਮਾਸ਼ਾਅੱਲਾ ਮਾਸ਼ਾਅੱਲਾ ਗਾਇ ਆ ਗਈ ਜਨਾਬ ਦੋਸਤਾਂ ਮੇਰਿਆਂ ਦੇ ਸਾਹਮਣੇ। ਸਭ ਤੋਂ ਪਹਿਲੇ ਖੋਲ੍ਹ ਕੇ ਇੱਧਰ ਕਰੋ ਜਾਂ ਦੂ ਇਸੇ ਤਰ੍ਹਾਂ ਹੀ ਕਰ ਲੈ। ਸਭ ਤੋਂ ਪਹਿਲੇ ਜਨਾਬ ਇੱਥੇ ਲਿਆ, ਇੱਥੇ ਲਿਆ, ਇੱਥੇ ਲਿਆ, ਇੱਥੇ ਲਿਆ, ਇੱਥੇ ਰੋਕ ਲੈ, ਰੋਕ ਲੈ, ਇੱਥੇ ਰੋਕ ਲੈ। ਮਾਸ਼ਾਅੱਲਾ ਜੀ, ਲਓ ਜੀ ਦੋਸਤੋ, ਕਰੋ ਅੱਖਾਂ ਠੰਡੀਆਂ ਅਤੇ ਸ਼ੌਕੀਨ ਦੋਸਤਾਂ ਦੇ ਸ਼ੌਕ ਪੂਰੇ। ਜਨਾਬ ਸਭ ਤੋਂ ਪਹਿਲੇ ਦੋਸਤ ਵੀਰ ਜਨਾਬ ਗਾਏ ਦਾ ਰੰਗ ਚੈੱਕ ਕਰ ਲੈਣ। ਰੰਗ ਸੂਬਾ ਪੰਜਾਬ ਪਾਕਿਸਤਾਨ ਦੀ ਸ਼ਾਨ, ਇਹ ਰੰਗ ਪਹਿਚਾਨ ਹੈ ਸੂਬਾ ਪੰਜਾਬ ਦੀ। ਅਤੇ ਜਨਾਬ ਦੋਸਤ ਵੀਰ ਗਾਏ ਦਾ ਦੱਸਿਆ ਜਨਾਬ ਕਿ ਚੋਲਸਤਾਨੀ ਫਰੀਜ਼ਨ ਕਰਾਸ ਹੈ, ਦੂਸਰਾ ਵਾਰਾ ਸ਼ਰਤੀਆ ਗਰੰਟੀ ਨਾਲ। ਮਾਸ਼ਾਅੱਲਾ ਗਾਏ ਨੂੰ ਜਨਾਬ ਕੱਦ ਬੜਾ, ਕਿਉਂਕਿ ਦੋਸਤ ਵੀਰ ਮੇਰੀ ਗੱਲ ਤਸੱਲੀ ਨਾਲ ਸੁਣ ਲੈਣ, ਗਾਏ ਵੱਡੇ ਜੋੜਾਂ ਦੀ, ਵੱਡੇ ਕੱਦ ਦੀ ਅਤੇ ਵੱਡੀਆਂ ਲੰਬਾਈਆਂ ਦੀ, ਢੇਰ ਕਣੀ ਲੰਬੀ ਔਰ ਢੇਰ ਕਣੀ ਉੱਚੀ ਅਤੇ ਕੱਦ ਕਾਠ ਵਾਲੀ। ਮਾਸ਼ਾਅੱਲਾ ਦੋਸਤ ਵੀਰ ਜਨਾਬ ਗਾਏ ਦਾ ਪੈਰਾਂ ਤੋਂ ਲੈ ਕੇ ਅਤੇ ਲੱਤਾਂ ਦੇਖਣ ਮੋਟੀਆਂ, ਪੇਟ ਸੋਹਣਾ ਕਸਮਾਂ, ਵੱਖੀ ਛੋਟੀ ਦੀ ਅਤੇ ਪੁੱਠਾ ਮੱਝ ਵਾਲਾ, ਪੁੱਠਾ ਮੱਝ ਵਾਲਾ, ਚੌੜੇ ਪੁੱਠੇ ਦੀ ਮਾਲਕ। ਮਾਸ਼ਾਅੱਲਾ ਔਰ ਦੋਸਤ ਵੀਰ ਤਸੱਲੀ ਕਰ ਲੈਣ, ਚੋਲਸਤਾਨੀ ਫਰੀਜ਼ਨ ਕਰਾਸ ਹੈ। ਔਰ ਸਭ ਤੋਂ ਵੱਡੀ ਜਿਹੜੀ ਇਸ ਗਾਏ ਦੇ ਵਿੱਚ ਖੂਬੀ ਹੈ, ਉਹ ਖੂਬੀ ਦੋਸਤਾਂ ਨੂੰ ਦੱਸਦਾ ਜਾਵਾਂ, ਬਾਰੀਕ ਚਮੜੀ ਦੀ, ਬਿਲਕੁਲ ਜਨਾਬ ਬਾਰੀਕ ਚਮੜੀ ਦੀ, ਪਸ਼ਮ ਵੀ ਬਾਰੀਕ, ਬਾਰੀਕ ਚਮੜੀ ਦੀ ਔਰ ਜਨਾਬ ਦੁੱਧ ਦੇਣ ਵਾਲੀ ਅਲਹਮਦੁਲਿਲਾ, ਔਰ ਦੁੱਧ ਦੀ ਨਹਿਰ ਹੈ ਅਲਹਮਦੁਲਿਲਾ। ਗੱਲਾਂ ਨਹੀਂ, ਦੋਸਤਾਂ ਨੂੰ ਪਤਾ ਹੈ ਮੇਰਾ ਐਨੀਮਲ ਟੀ ਵੀ ਕੰਮ ਕਰਦਾ ਅਤੇ ਮੇਰਾ ਐਨੀਮਲ ਟੀ ਵੀ ਦਾ ਕੰਮ ਹੀ ਬੋਲਦਾ ਅਲਹਮਦੁਲਿਲਾ। ਗਾਏ ਦੀ ਜਨਾਬ ਸੱਜੀ ਸਾਈਡ ਥੋੜ੍ਹੀ ਜਿਹੀ ਅੱਗੇ ਕਰੋ, ਗਾਏ ਦੀ ਜਨਾਬ ਸੱਜੀ ਸਾਈਡ ਹੈ,
ਇਹ ਰਾਈਟ ਸਾਈਡ ਹੈ, ਬਸ ਰੋਕ ਲਓ ਰੋਕ ਲਓ ਰੋਕ ਲਓ, ਇਹ ਰਾਈਟ ਸਾਈਡ ਹੈ ਜਨਾਬ, ਦੋਸਤ ਵੀਰ ਤਸੱਲੀ ਕਰ ਲੈਣ ਮਾਸ਼ਾਅੱਲਾ। ਔਰ ਗਾਏ ਦੀ ਫੇਸ ਕੁਆਲਿਟੀ ਸੋਹਣੀ, ਸਿੰਘ ਜਿੰਨਾ ਵੀ ਨਜ਼ਰ ਆਉਂਦਾ ਪਿਆ, ਦੋ ਦੋ ਉਂਗਲ ਤਿੰਨ ਤਿੰਨ ਉਂਗਲ ਜਿੰਨਾ ਵੀ ਹੈ, ਗਾਏ ਦੇ ਕੱਦ ਕਾਠ ਔਰ ਬੁੱਤ ਦੇ ਮੁਤਾਬਕ ਬੜਾ ਸੋਹਣਾ ਲੱਗਦਾ ਪਿਆ ਸਿੰਘ। ਵੱਛਾ ਦਿੱਤਾ, ਵੱਛਾ ਵੀ ਦਵਾਂਗੇ, ਗਾਏ ਦੀ ਦੂਸਰੀ ਸਾਈਡ ਦਿਖਾਓ ਜੀ, ਔਰ ਬਾਰੀਕ ਚਮੜੀ ਦੀ ਮਾਸ਼ਾਅੱਲਾ। ਔਰ ਮੇਲੇ ਮੈਦਾਨ ਵੱਡੇ ਦੀ ਮਾਲਕ, ਅਗਰ ਹੁੰਦੀ ਗਾਂ ਡੱਬੇ ਰੰਗ ਦੇ ਵਿੱਚ ਤੇ ਗਾਂ ਸੀ 4 ਲੱਖ ਦੀ, ਤੇ ਅੱਜ ਦੋਸਤਾਂ ਨੂੰ ਦੇਣੀ ਹੈ ਫਰੀ, ਅਲਹਮਦੁਲਿਲਾ। ਕੋਈ ਨਹੀਂ, ਖੜੀ ਰਹਿੰਦੇ ਖੜੀ ਰਹਿੰਦੇ, ਅੱਜ ਦੋਸਤਾਂ ਨੂੰ ਦੇਣੀ ਹੈ ਫਰੀ ਹਜ਼ਾਰਾਂ ਦੇ ਵਿੱਚ। ਗਾਏ ਦਾ ਜੋ ਲਿਬਾਸਵੰਨ ਹੈ, ਜੋ ਗਾਏ ਨੂੰ ਥਣ ਲੱਗਿਆ, ਕਿਆ ਬਾਤ ਹੈ, ਸੁਬਾਨ ਤੇਰੀ ਕੁਦਰਤ। ਇਹ ਗਾਏ ਦੀ ਖੱਬੀ ਸਾਈਡ ਹੈ, ਦੋਸਤ ਵੀਰ ਜਨਾਬ ਤਸੱਲੀ ਕਰ ਲੈਣ, ਸਾਰੀਆਂ ਗੱਲਾਂ ਦੋਸਤਾਂ ਵੀਰਾਂ ਦੇ ਸਾਹਮਣੇ ਰੱਖ ਦਿੱਤੀਆਂ ਨੇ। ਕੋਈ ਕਮੀ ਕੋਈ ਗੱਲ ਰਹਿ ਗਈ ਹੋਵੇ, ਦੋਸਤਾਂ ਵੀਰਾਂ ਨੇ ਖੁਦ ਤਸੱਲੀ ਕਰ ਲੈਣੀ ਹੈ। ਬਾਕੀ ਵੱਛਾ ਦਿੱਤਾ, ਜੇਰ ਆ ਦੇਖਣੀ ਪਾ ਲਈਏ, ਜੇਰ ਦੀ ਮੁਕੰਮਲ ਡਿਲੀਵਰੀ ਹੋ ਚੁੱਕੀ ਹੈ, ਤਸੱਲੀ ਕਰ ਲੈਣ ਦੋਸਤ ਵੀਰ। ਹੁਣ ਟੋਰ ਕੇ ਦਿਖਾਉਂਦੇ ਹਾਂ, ਵੱਛਾ ਵੀ ਦਿਖਾਵਾਂਗੇ, ਵੱਛਾ ਚੱਕ ਲਓ ਜੀ, ਟੋਰ ਕੇ ਦਿਖਾਓ। ਗਾਏ ਦਾ ਮਾਸ਼ਾਅੱਲਾ ਮੇਲਾ ਦਿਖਾਈਏ, ਮਸ਼ਕ ਦਿਖਾਈਏ। ਇਹ ਜਨਾਬ ਦੋਸਤਾਂ ਵੀਰਾਂ ਨੇ ਗਾਏ ਦੀ ਚਾਲ ਢਾਲ ਵੇਖਣੀ ਹੈ, ਗਾਏ ਦੀ ਲੰਬਾਈ ਵੇਖਣੀ ਹੈ, ਗਾਏ ਦੀ ਉਚਾਈ ਦੇਖਣੀ ਹੈ, ਗਾਏ ਦਾ ਕੱਦ ਵੇਖਣਾ ਅਤੇ ਗਾਏ ਦਾ ਲਿਬਾਸਵਾਨਾ ਦੇਖਣਾ। ਮਾਸ਼ਾਅੱਲਾ ਮੇਲਾ ਨਹੀਂ, ਅਤੇ ਦੋਸਤਾਂ ਵੀਰਾਂ ਨੇ ਖੁਦ ਕਹਿਣਾ ਕਿ ਅਫਜ਼ਲ ਵੀਰ ਗੱਲਾਂ ਹੀ ਕਰਨਾ। ਅਲਹਮਦੁਲਿਲਾ ਮੇਲਾ ਮੈਦਾਨ ਬੜੇ ਵੱਡੇ ਦੀ ਮਾਲਕ। ਲੈ ਚਲੋ ਲੈ ਚਲੋ, ਅੱਗੇ ਇਵੇਂ ਲੰਬੀ ਟੋਰ ਨਹੀਂ, ਗੱਲ 'ਚ ਸੱਟ ਦਿਓ ਰੱਸਾ। ਔਰ ਅਸੀਲ ਸ਼ਰਾਫ, ਇਹ ਜਨਾਬ ਗਾਏ ਦਾ ਲਿਬਾਸਵਾਨਾ ਦੋਸਤਾਂ ਵੀਰਾਂ ਦੇ ਸਾਹਮਣੇ। 25 ਤੋਂ 30 ਲੀਟਰ ਵਾਲਾ ਗਾਏ ਦੇ ਕੋਲੇ ਬਰਤਨ ਹੈ, 25 ਤੋਂ 30 ਲੀਟਰ ਵਾਲਾ ਗਾਏ ਦੇ ਕੋਲੇ ਬਰਤਨ ਹੈ, ਅਲਹਮਦੁਲਿਲਾ। ਇਹ ਜਨਾਬ ਦੋਸਤਾਂ ਵੀਰਾਂ ਨੇ ਲਿਬਾਸਦਾਨਾ ਆਵਾਨਾ ਦੇਖਣਾ ਮਾਸ਼ਾਅੱਲਾ। ਅਗਰ ਹੁੰਦੀ ਗਾਏ ਡੱਬੇ ਰੰਗ ਦੇ ਵਿੱਚ, ਤੇ ਗਾਏ ਜਿਸ ਤਰ੍ਹਾਂ ਲਿਬਾਸਵਾਨ ਹੈ, ਜਿਸ ਤਰ੍ਹਾਂ ਥਾਣੇ, ਗਾਏ ਸੀ 4 ਲੱਖ ਰੁਪਏ ਦੀ ਮਾਸ਼ਾਅੱਲਾ। ਲੇਕਿਨ ਅੱਜ ਦੇਣੀ ਹੈ ਹਜ਼ਾਰਾਂ ਦੇ ਵਿੱਚ, ਮੁੱਲ ਨਹੀਂ ਲੈਣਾ ਦੋਸਤਾਂ ਵੀਰਾਂ ਕੋਲੋਂ, ਕਿਉਂਕਿ ਦੋਸਤਾਂ ਨੂੰ ਪਤਾ ਪੰਜਾਬ ਦਾ ਵਾਹਦ ਚੈਨਲ ਹੈ ਮੇਰਾ ਐਨੀਮਲ ਟੀਵੀ, ਜਿਹੜਾ ਦੋਸਤਾਂ ਵੀਰਾਂ ਨੂੰ ਮੁਨਾਸਬ ਮੁੱਲ ਦੇ ਵਿੱਚ ਜੈਜ਼ ਔਰ ਚੰਗੇ ਸਾਫ਼ ਸੁਥਰੇ ਜਾਨਵਰ ਦਿੰਦਾ। ਇਹ ਪੰਜਾਬ ਦਾ ਵਾਹਦ ਚੈਨਲ ਹੈ ਲਿਬਾਸਵਾਨਾ, ਦੋਸਤ ਵੀਰ ਖੁਦ ਵੇਖ ਲੈਣ, ਹੈ ਕਿ ਨਹੀਂ 4 ਲੱਖ ਵਾਲੀ ਦਾ, ਗੱਲਾਂ ਨਹੀਂ ਕਰਦਾ ਮੇਰਾ ਐਨੀਮਲ ਟੀਵੀ। ਅੱਗੋਂ ਜਿੱਡੀ ਪੇਟੀ ਚੌੜੀ, ਨਾਫ ਧੁੰਨ ਤੱਕ ਲਿਬਾਸਵਾਨਾ ਮਾਸ਼ਾਅੱਲਾ, ਪਿੱਛੋਂ ਵੀ 1.5 ਫੁੱਟ ਚੌੜਾ, ਦੂਸਰੀ ਸਾਈਡ ਤੋਂ ਵੀ ਅਲਹਮਦੁਲਿਲਾ। ਇਸੇ ਤਰ੍ਹਾਂ ਹੀ 25 ਤੋਂ 30 ਲੀਟਰ ਵਾਲੀ ਗਾਏ ਦੇ ਕੋਲ ਮਸ਼ਕੇ, ਅਲਹਮਦੁਲਿਲਾ। ਇਹ ਦੇਖਣਾ ਸੁਬਾਨ ਤੇਰੀ ਕੁਦਰਤ। ਮੇਲਾ ਨਹੀਂ ਤੇ ਗੱਲਾਂ ਨਹੀਂ ਐਵੇਂ ਕਰੀਦੀਆਂ, ਮੇਲਾ ਲਾਈ ਫਿਰਦੀ ਅਲਹਮਦੁਲਿਲਾ। ਇੱਕ ਚੱਕਰ ਹੋਰ ਨਹੀਂ ਲਵਾਉਣਾ ਦੋਸਤਾਂ ਵੀਰਾਂ ਦੇ, ਯਾਰ ਸ਼ੌਕ ਹੀ ਪੂਰੇ ਕਰ ਦਈਏ। ਇੱਧਰ ਦੇਖਣਾ ਮਾਸ਼ਾਅੱਲਾ ਮਾਸ਼ਾਅੱਲਾ, ਸੁਬਾਨ ਤੇਰੀ ਕੁਦਰਤ, ਕਿਆ ਬਾਤ ਹੈ ਮਾਸ਼ਾਅੱਲਾ। ਅੱਲਾਹ ਤਾਲਾ ਨਜ਼ਰੇ ਬਾਦ ਤੋਂ ਬਚਾਏ। ਮਾਸ਼ਾਅੱਲਾ ਜੀ ਮਾਸ਼ਾਅੱਲਾ। ਅੱਜ ਤੇ ਜਨਾਬ ਦੋਸਤਾਂ ਵੀਰਾਂ ਨੂੰ ਤੋਹਫਾ ਹੀ ਦੇਣਾ, ਟੋਰੋ ਜੀ ਟੋਰੋ ਮਾਸ਼ਾਅੱਲਾ। ਟੋਰੋ ਜੀ ਟੋਰੋ ਮਾਸ਼ਾਅੱਲਾ, ਅੱਜ ਦਾ ਨਗੀਨਾ ਹੈ ਅੱਲਾਹ ਦੇ ਫਜ਼ਲ ਦੇ ਨਾਲ। ਔਰ ਮੇਲਾ ਜਿੱਤਣ ਵਾਲੀ, ਟੋਰੋ ਟੋਰੋ ਟੋਰੋ, ਸ਼ੌਕ ਪੂਰੇ ਕਰਨੇ ਨੇ ਦੋਸਤਾਂ ਵੀਰਾਂ ਦੇ। ਅੱਜ ਲੈਣੀ ਦੋਸਤਾਂ ਵੀਰਾਂ ਨੇ ਗਾਏ, ਨਜ਼ਾਰੇ ਮੱਝ ਦੇ ਆਉਣਗੇ, ਕਿਉਂਕਿ ਇਸ ਕ੍ਰਾਸ ਦੇ ਵਿੱਚ ਦੁੱਧ ਵੀ ਸਫੈਦ
ਔਰ ਅਸੀਲਤਾ ਦੀ ਭਰੀ ਪੁੱਠਾ ਵੇਖਣਾ ਗਾਂ ਦਾ ਪੁੱਠਾ ਮਾਸ਼ਾਅੱਲਾ ਮੱਝ ਤਰ੍ਹਾਂ ਚੌੜਾ ਬੰਨ ਦਿਓ ਜੀ ਚੱਡਾ ਪੂਰਾ ਕਸਵਾਂ ਕੋਈ ਟੁੱਟਵਾਂ ਚੱਡਾ ਨਹੀਂ ਹੈ ਟੁੱਟਵਾਂ ਚੱਡਾ ਲਿਬਾਸ ਨਹੀਂ ਹੈ ਪੂਰਾ ਕਸਵਾਂ ਟੈਟ ਲਿਬਾਸ ਵਾਨਾ ਮਾਸ਼ਾਅੱਲਾ ਜਿਸ ਤਰ੍ਹਾਂ ਫਰਿਜ਼ਰਾਂ ਨੂੰ ਹੁੰਦਾ ਅਤੇ ਫਰਿਜ਼ਰਾਂ ਨੂੰ ਹੋਣਾ ਚਾਹੀਦਾ ਅੱਜ ਦਾ ਮੁੱਲ ਵੇਖਣਾ ਅੱਜ ਦੀ ਗਾਏ ਵੇਖਣੀ ਹੈ ਅੱਜ ਦਾ ਜਾਨਵਰ ਵੇਖਣਾ ਅਤੇ ਫਿਰ ਦੱਸਣਾ ਮੁੱਲ ਐਵੇਂ ਤਾਂ ਨਹੀਂ ਕੀਤਾ ਮਾਸ਼ਾਅੱਲਾ ਪਿੱਛੇ ਬੱਚਾ ਦਿਖਾਓ ਜੀ ਇਹ ਜਨਾਬ ਦੋਸਤ ਵੀਰ ਵੇਖ ਲੈਣ ਜੇਰ ਪਾ ਲਈਏ ਮੁਕੰਮਲ ਡਿਲੀਵਰੀ ਹੋ ਚੁੱਕੀ ਹੈ ਅਤੇ ਸੂਈ ਨੂੰ ਹੋ ਗਿਆ ਜਨਾਬ 2 ਘੰਟੇ ਜਾਂ 2.5 ਘੰਟੇ ਜੇਰ ਪਾ ਲਈ ਇਹ ਜਨਾਬ ਵੱਛਾ ਛੱਡੋ ਜੀ ਇੱਕ ਵਾਰੀ ਪਿੱਛੇ ਹੋਇਆ ਜੀ ਇਹ ਜਨਾਬ ਵੱਛਾ ਵੱਛਾ ਮਾਸ਼ਾਅੱਲਾ ਦੋਸਤਾਂ ਵੀਰਾਂ ਦੇ ਸਾਹਮਣੇ ਬੱਚੇ ਦਾ ਨਾੜੂਆ ਦਿਖਾਓ ਜੀ ਅੱਗੇ ਕਰੋ ਬੱਚੇ ਦੀ ਲੱਤ ਪਿੱਛੇ ਕਰੋ ਇਹ ਜਨਾਬ ਕੱਚਾ ਨਾੜੂਆ ਕੱਚਾ ਕਿਉਂਕਿ 2 ਤੋਂ 2.5 ਘੰਟੇ ਹੋ ਗਏ ਜਨਾਬ ਸੂਈ ਨੂੰ ਲਾਓ ਜੀ ਬੱਚਾ ਪੜ੍ਹੀਏ ਬਿਸਮਿਲਾ ਚੁਆਈ ਕਰੀਏ ਥਣ ਵੇਖੀਏ ਅਤੇ ਤਸੱਲੀ ਕਰੀਏ ਗਾਂ ਦੀ ਮਾਸ਼ਾਅੱਲਾ ਔਰ ਅਸੀਲਤਾ ਸ਼ਰਾਫਤਾਂ ਦੀ ਭਰੀ ਹੋਈ ਵੰਗਾ ਪਾਉਣਾ ਪਾਓ ਵੰਗਾ ਨਹੀਂ ਪਾਉਣਾ ਨਾ ਪਾਓ ਬਾਕੀ ਮੈਂ ਕਹਿੰਦਾ ਹੁੰਦਾ ਵੰਗਾ ਰੱਸਾ ਗਾਏ ਦਾ ਜ਼ੇਵਰ ਹੁੰਦਾ ਗਹਿਣਾ ਹੁੰਦਾ ਕਿਆ ਬਾਤ ਹੈ ਮਾਸ਼ਾਅੱਲਾ ਖੂਬਸੂਰਤੀਆਂ ਵੰਗੇ ਦੇ ਨਾਲ ਹੀ ਹੁੰਦੀਆਂ ਨੇ ਬਾਕੀ ਗਾਏ ਅਸੀਲ ਸ਼ਰਾਫ ਔਰਤਾਂ ਚੋਈ ਜਾਣ ਬੀਬੀਆਂ ਚੋਈ ਜਾਣ ਬੱਚੇ ਚੋਈ ਜਾਣ ਜੋ ਮਰਜ਼ੀ ਚੋਈ ਜਾਣ ਘਰ ਦੀ ਸ਼ਾਨ ਏ ਇਹ ਗਾਏ ਅਲਹਮਦੁਲਿਲਾ ਔਰ ਇਸ ਗਾਏ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਖੂਬੀ ਏ ਉਹ ਇਹ ਖੂਬੀ ਏ ਕਿ ਬਾਰੀਕ ਚਮੜੀ ਦੀ ਬਾਰੀਕ ਪਸ਼ਮ ਵਾਲੀ ਅਤੇ ਬਾਰੀਕ ਚਮੜੀ ਦਾ ਜਾਨਵਰ ਦੁੱਧ ਦਿੰਦਾ ਦੋਸਤਾਂ ਵੀਰਾਂ ਨੂੰ ਤਸੱਲੀ ਨਾਲ ਪਤਾ ਪਿਆ ਦਿਓ ਬੱਚੇ ਨੂੰ ਪਿਆ ਦਿਓ ਬਾਅਦ 'ਚ ਪਿਆਉਣਾ ਬਾਅਦ 'ਚ ਪਿਆ ਦਿਆ ਜੇ ਵਿਆਹ 'ਚ ਪਿਆ ਦੇ ਆਹ ਵੀ ਥਣ ਧੋਵੋ ਜੀ ਮਾਸ਼ਾਅੱਲਾ ਅੱਗੇ ਬੰਨ ਦਿਓ ਬੱਚਾ ਅੱਗੇ ਫੜ ਕੇ ਬਹਿ ਜਾਓ ਬੱਚਾ ਫੜ ਕੇ ਬਹਿ ਜਾਓ ਮਾਸ਼ਾਅੱਲਾ ਲੱਤ ਥੋੜ੍ਹੀ ਜਿਹੀ ਪਿੱਛੇ ਕਰਾ ਲੈ ਲੱਤ ਥੋੜ੍ਹੀ ਜਿਹੀ ਪਿੱਛੇ ਕਰ ਲੈ ਇੱਥੇ ਇੱਥੇ ਮਾਸ਼ਾਅੱਲਾ ਬਾਲਟੀ ਦਿਖਾ ਦੇ ਚੰਨ ਬਾਈ ਠੀਕ ਹੋ ਗਿਆ ਇੱਕ ਇੱਕ ਥਣ ਦੀ ਧਾਰ ਮਾਰ ਕੇ ਤਸੱਲੀ ਕਰਾ ਮਾਸ਼ਾਅੱਲਾ ਮੋਟਾ ਚਵਾ ਕਿਆ ਬਾਤ ਮਾਸ਼ਾਅੱਲਾ ਮਾਸ਼ਾਅੱਲਾ ਸੋਹਣਾ ਚੌਵਣ ਹੈ ਚੌਵਣ ਪਿਆਰਾ ਚੌਵਣ ਸੋਹਣਾ ਇਹਦੇ 'ਚ ਕੋਈ ਸ਼ੱਕ ਨਹੀਂ ਕਿਆ ਬਾਤ ਚੁਆਈ ਕਰੋ ਜੀ ਗੰਢ ਮਰੋੜੀ ਵੇਖ ਲੈ ਕੋਈ ਮਸਲਾ ਮਸੈਲ ਕੋਈ ਵੀ ਮਸਲਾ ਮਸੈਲ ਹੈ ਤਾਂ ਹੁਣੇ ਦੱਸ ਕੋਈ ਸ਼ਾਈ ਕਰੋ ਓਕੇ ਚਾਰੇ ਥਣਾ ਮਿਲੋ ਚੁਆਈ ਕਰ ਚੰਨ ਮੱਖਣਾ ਇੱਥੇ ਦਹਾਣ ਦੇ ਕੈਮਰੇ ਦੇ ਵਿੱਚ ਇੱਥੇ ਬਹਿ ਜਾ ਇੱਥੇ ਬਹਿ ਜਾ ਬੱਚੇ ਨੂੰ ਲੈ ਕੇ ਬਹਿ ਜਾ ਮਾਸ਼ਾਅੱਲਾ ਅਗਾੜੀ ਪਿਛਾੜੀ ਦੀ ਚੁਆਈ ਹੋ ਰਹੀ ਹੈ ਬੋਲਾ ਕੱਢੀ ਜਾ ਰਹੇ ਹਾਂ ਪਹਿਲੀਆਂ ਤਾਰਾਂ ਪਹਿਲਾ ਨਾੜਾ ਕੱਢੀ ਜਾ ਰਹੇ ਹਾਂ ਜਨਾਬ ਅਤੇ ਦੋਸਤਾਂ ਵੀਰਾਂ ਨੂੰ ਅਸੀਲਤਾ ਦਿਖਾਵਾਂਗੇ ਪੂਰੀ ਗਾਏ ਦੀਆਂ ਮਾਸ਼ਾਅੱਲਾ ਇਹ ਜਨਾਬ ਦੋਸਤਾਂ ਵੀਰਾਂ ਤਸੱਲੀ ਕਰ ਲੈਣੀ ਕੋਈ ਗੱਲ ਨਹੀਂ ਬੈਠਾ ਰਹੇ ਦੋਸਤ ਵੀਰ ਸਮਝਦੇ ਨੇ ਸਾਰੀ ਗੱਲ ਬੱਚੇ ਕੋਲੋਂ ਖਲੋਤਾ ਨਹੀਂ ਜਾਂਦਾ ਬਹਿ ਜਾ ਕੋਈ ਮਸਲਾ ਨਹੀਂ ਬਹਿ ਜਾ ਤੂੰ ਬਹਿ ਜਾ ਬੱਚੇ ਦੇ ਕੋਲ ਬਹਿ ਜਾ ਇਹ ਜਨਾਬ ਚੁਆਈ ਵੇਖਣੀ ਗਾਂ ਦੀ ਤਸੱਲੀ ਕਰਵਾ ਦਿੱਤੀ ਦੋਸਤਾਂ ਮੇਰਾ ਗਰੰਟੀਆਂ ਹੋਣਗੀਆਂ 100% ਜਿੰਨੀਆਂ ਕੋ ਲਵੇ ਕਿਉਂਕਿ ਗਾਂ
ਪਹਿਲਾ ਸੂਆ ਵੇਖੀ ਹੋਈ, ਵੇਖੀ ਪਾਲੀ ਹੋਈ ਅਤੇ ਚੋਈ ਪੀਤੀ ਹੋਈ ਗਰੰਟੀ ਨਾਲ। ਪਹਿਲੇ ਸੂਏ ਦਾ ਰਿਕਾਰਡ ਮਾਲਕ ਕੋਲੋਂ ਪੁੱਛਿਆ, ਭਾਈ ਇਮਤਿਆਜ਼ ਕੋਲੋਂ ਪੁੱਛਿਆ। ਪਹਿਲੇ ਸੂਏ ਦਾ ਰਿਕਾਰਡ 16 ਤੋਂ 18 ਲੀਟਰ ਪਹਿਲੇ ਸੂਏ ਦਾ ਰਿਕਾਰਡ ਹੈ ਗਾਏ ਦੇ ਕੋਲ, ਅਲਹਮਦੁਲਿਲਾ। ਔਰ ਜਿਹੜੀ ਗੱਲ ਕਰਾਂਗੇ 100% ਸੁੱਚੀ ਅਤੇ ਖਰੀ ਕਰਾਂਗੇ। ਪਹਿਲੇ ਸੂਏ 16 ਤੋਂ 18 ਲੀਟਰ ਪਹਿਲੇ ਸੂਏ ਦਾ ਰਿਕਾਰਡ ਹੈ ਮਾਸ਼ਾਅੱਲਾ। ਪਹਿਲਾ ਬੋਲਿਆ ਦੋਸਤਾਂ ਮੇਰਾ ਨੂੰ ਸਿਰਫ ਥਣ ਪਾਸ ਕਰਵਾਉਣੇ ਸੀ ਅਤੇ ਥਣ ਪਾਸ ਮਾਸ਼ਾਅੱਲਾ ਹੋ ਗਏ ਨੇ। ਸੋਹਣੀ ਚੁਆਈ ਏ, ਸੋਹਣੀਆਂ ਧਾਰਾਂ ਨੇ, ਸੋਹਣਾ ਲਿਬਾਸਵਾਨ ਹੈ, ਸੋਹਣਾ ਥਣ ਏ, ਸੁਪਰ ਹੀ ਹੈ ਹਰ ਚੀਜ਼ ਮਾਸ਼ਾਅੱਲਾ। ਥਣ ਪਾਸ ਕਰਵਾਉਣੇ ਸੀ, ਥਣ ਪਾਸ ਹੋ ਗਏ ਨੇ। ਅਤੇ ਦੋਸਤਾਂ ਵੀਰਾਂ ਨੇ ਇਹ ਵੀ ਗੱਲ ਜ਼ਿਹਨ 'ਚ ਰੱਖਣੀ ਹੈ, ਜਿਹੜਾ ਲਿਬਾਸਵਾਨ ਹੈ ਉਹ ਟੈਟ ਕਸਵੇਂ ਜਿਸਮ ਦੇ ਨਾਲ ਲੱਗਿਆ ਹੋਇਆ, ਟੁੱਟਵਾਂ ਨਹੀਂ ਹੈ ਕਿ ਲਟਕਣਾ ਚੱਡਾ ਹੋਵੇ, ਲਿਬਾਸਵਾਨਾ ਟੁੱਟਵਾਂ ਹੋਵੇ, ਉਹ ਗੱਲ ਗਾਏ ਦੇ ਵਿੱਚ ਮੌਜੂਦ ਨਹੀਂ ਹੈ। ਲਿਬਾਸਵਾਨਾ ਸੋਹਣਾ ਕਸਵਾਂ। ਬਸ ਜੀ, ਬਸ ਕਰੋ, ਬਸ ਕਰੋ। ਮਾਸ਼ਾਅੱਲਾ ਚੁਆਈ ਥਣਾ ਵਿਲੋ ਸੋਹਣੀ ਹੈ ਮਾਸ਼ਾਅੱਲਾ। ਚੱਲ ਚੋਈ ਆ, ਹੋਰ ਚੋਲ ਹੈ, ਅਗਾੜੀ ਚੋਲ ਹੈ, ਅਗਾੜੀ ਚੋਲ। ਚੱਲ ਚੈੱਕ ਕਰਵਾ ਦਿਓ, ਕਿਉਂਕਿ ਨਾ ਸਾਰੀ ਨਹੀਂ ਚੋਣੀ, ਤਾਜ਼ਾ ਸੂਈ ਹੈ ਮਾਸ਼ਾਅੱਲਾ। ਚੋਣ ਮੇਰਾ ਕਮਾਲ ਹੈ, ਹੈ ਮਾਸ਼ਾਅੱਲਾ। ਔਰ ਨਰਮ ਚੁਆਈ ਹੈ, ਨਰਮ ਨਰਮ। ਇਹ ਦੋਸਤੋ ਤੁਹਾਨੂੰ ਥਣ ਪਾਸ ਕਰਾਉਣੇ ਸੀ ਅਤੇ ਲੇਕਿਨ ਫਿਰ ਵੀ ਥਣ ਪਾਸ ਕਰਵਾਉਂਦੇ ਕਰਵਾਉਂਦੇ ਬਾਲਟੀ ਭਰ ਦਿਆਂਗੇ ਅੱਲਾਹ ਦੇ ਸ਼ੁਕਰ ਨਾਲ, ਅਲਹਮਦੁਲਿਲਾ। ਥਣਾਂ ਦੀ ਗਰੰਟੀ ਹੋਵੇਗੀ, ਛੱਟੇ ਫੁਹਾਰ ਦੀ ਗਰੰਟੀ ਹੋਵੇਗੀ, ਬਾਕੀ ਗਾਏ 'ਚ ਸ਼ੱਕ ਕੋਈ ਨਹੀਂ। ਸੌਦੇ ਹੋਣਗੇ ਨਸੀਬਾਂ ਦੇ, ਲੈਣਾ ਦੇਣਾ ਹੋਵੇਗਾ ਮੁਕੱਦਰ। ਮਾਸ਼ਾਅੱਲਾ ਕਿਆ ਬਾਤ ਹੈ, ਮਾਸ਼ਾਅੱਲਾ ਮਾਸ਼ਾਅੱਲਾ। ਬੜਾ ਮੋਟਾ ਜਵਾਬ, ਮਿੰਟਾਂ ਸਕਿੰਟਾਂ ਦੇ ਵਿੱਚ ਚੁੱਪਣ ਵਾਲੀ ਵੈੜੀ, ਮਾਸ਼ਾਅੱਲਾ। ਹੈਂ, ਬੜਾ ਮੋਟਾ ਜਵਾਬ, ਮਾਸ਼ਾਅੱਲਾ। ਅਸੀਂ ਨਾ ਇੱਧਰ ਵੇਖਣਾ, ਮਾਸ਼ਾਅੱਲਾ 6 ਇੰਚੀ ਦਾ ਪਾਈਪ ਲੱਗਿਆ ਹੈ ਮਾਸ਼ਾਅੱਲਾ। ਮੱਝ ਗਿਣਨਾ, ਇਹਦੇ 'ਚ ਕੋਈ ਸ਼ੱਕ ਨਹੀਂ। ਬੱਚਾ ਅੱਗੇ ਕਰ ਦੇਣਾ, ਮਾਸ਼ਾਅੱਲਾ ਜੀ ਮਾਸ਼ਾਅੱਲਾ। ਪੁੱਛੋ ਵੀ ਜੀ, ਗਾਂ ਦਿਖਾਈਏ, ਪੂਰੀ ਗਾਏ ਦਾ ਵਿਊ ਦਿਖਾਈਏ ਮਾਸ਼ਾਅੱਲਾ। ਇਹ ਜਨਾਬ ਦੋਸਤਾਂ ਨੇ ਪੂਰੀ ਗਾਏ ਦਾ ਵਿਊ ਚੈੱਕ ਕਰਨਾ ਮਾਸ਼ਾਅੱਲਾ। ਬਸ ਕਰੋ ਜੀ ਥਣਾਂ ਦੇ ਵੱਲੇ, ਓਕੇ। ਪਹਿਲਾ ਨਾੜਾ ਸੀ, ਪਹਿਲੀਆਂ ਧਾਰਾਂ ਨੇ ਜਿੰਨੀਆਂ ਵੀ ਨੇ ਦੋਸਤਾਂ ਵੀਰਾਂ ਦੇ ਸਾਹਮਣੇ। ਬਾਕੀ ਗਾਏ ਦਹਾਤੀ, ਤਸੱਲੀ ਕਰਵਾਤੀ, ਗਾਏ ਹੋਵੇਗੀ 100% ਸੁੱਚੀ ਅਤੇ ਖਰੀ। ਇਮਤਿਆਜ਼ ਭਾਈ ਆ ਜਾਓ, ਜਾਂ ਛੋਟੇ ਭਾਈ ਨੂੰ ਚੋਣ ਦੇ, ਤੇਰੇ ਨਾਲ ਗੱਲਾਂ ਕਰਨੇ ਆ। ਛੋਟੇ ਭਾਈ ਨੂੰ ਚੋਣ ਦੇ, ਤੂੰ ਆ ਜਾ ਉਰਾ, ਤੂੰ ਆ ਜਾ ਉਰਾ। ਛੋਟੇ ਭਾਈ ਨੂੰ ਚੋਣ ਦੇ, ਜਿਵੇਂ ਵੀ ਚੋਣ ਦਾ, ਤੂੰ ਆ ਜਾ ਉਰਾ, ਇੱਥੇ ਆ ਜਾਓ ਜੀ, ਇੱਥੇ ਆ ਜਾਓ। ਇਹ ਜਨਾਬ ਜੇਰ ਵੇਖ ਲਈਏ ਦੋਸਤਾਂ ਵੀਰਾਂ ਨੇ, ਜੇਰ ਪਾ ਲਈਏ, ਮੁਕੰਮਲ ਡਿਲੀਵਰੀ ਹੋ ਚੁੱਕੀ ਹੈ। ਇੱਥੇ ਆਓ ਜੀ, ਮੁਕੰਮਲ ਡਿਲੀਵਰੀ ਹੋ ਚੁੱਕੀ ਹੈ। ਚੁਆਈ ਕਰਨ ਦਿਓ ਤੁਸੀਂ ਉਹਨੂੰ। ਅਸਲਾਮੁਅਲੈਕੁਮ। ਕੀ ਹਾਲ ਹੈ ਭਾਈ ਜਾਨ? ਸ਼ੁਕਰ ਅੱਲਾਹ ਦਾ, ਠੀਕ ਠਾਕ ਹੋ? ਠੀਕ ਠਾਕ ਜੀ।
ਕੀ ਨਾਮ ਹੈ ਦੱਸੋ? ਇਮਤਿਆਜ਼ ਅਲੀ ਜੀ। ਇਮਤਿਆਜ਼ ਅਲੀ, ਇਮਤਿਆਜ਼ ਅਲੀ ਮਾਸ਼ਾਅੱਲਾ ਆਪਣੀ ਗਾਏ ਦੀ ਚੁਆਈ ਹੋ ਰਹੀ ਹੈ ਜੀ। ਮੇਰਾ ਇਰਾਦਾ ਸੀ ਥਣ ਪਾਸ ਕਰਾਉਣ ਦਾ, ਬਾਕੀ ਚੁਆਈ ਹੋ ਰਹੀ ਹੈ ਅਲਹਮਦੁਲਿਲਾ। ਥਣਾਂ ਦੀ ਸਾਫ, ਸੋਹਣੇ ਚਵਾ ਦੀ ਮਾਲਕ, ਸੋਹਣੀਆਂ ਵੰਡਾ ਵਿਰਲਾ, ਸੋਹਣਾ ਥਣ ਤੇ ਕੋਈ ਛੱਟਾ ਨਹੀਂ, ਕੋਈ ਫੁਹਾਰ ਨਹੀਂ, ਮੋਟਾ ਚਵਾ ਮਾਸ਼ਾਅੱਲਾ। ਚੱਡਾ ਫੁੱਲ ਫਰਿੱਜ ਨਾਲ ਆ, ਚੱਡਾ ਫੁੱਲ ਫਰਿੱਜ ਨਾਲ। ਹਾਂਜੀ, ਤੇ ਆ ਵੀ ਅੱਧੀ ਫਰੀਜ਼ਰ ਇਨਸ਼ਾਅੱਲਾ, ਚੋਲਸ ਤਾਂ ਨਹੀਂ ਫਰੀਜ਼ਰ ਕਰਾ। ਹਾਂਜੀ, ਦੂਸਰਾ ਸੂਆ, ਦੂਸਰਾ ਜੈਨਮੈਨ, ਦੂਸਰਾ ਜੈਨਮੈਨ, ਦੂਸਰਾ। ਹੁਣ ਬੱਚਾ ਦਿੱਤਾ, ਪਹਿਲੇ ਸੂਏ ਦੇ ਸੂਆ ਨਾਲ ਬੱਚਾ ਹੀ ਸੀ? ਪਹਿਲੇ ਸੂਏ ਬੱਚੀ ਸੀ, ਤਿਆਰ ਕੀ ਬੱਚਾ ਹੈ। ਅੱਛਾ, ਪਹਿਲੇ ਸੂਏ ਬੱਚੀ ਸੀ? ਹਾਂਜੀ, ਇਸ ਵਾਰੀ ਬੱਚਾ ਹੈ। ਹਾਂਜੀ, ਮਾਸ਼ਾਅੱਲਾ। ਪਹਿਲੇ ਸੂਏ ਦਾ ਰਿਕਾਰਡ ਕੀ ਹੈ ਇਸ ਗਾਂ? ਭਾਈ ਜਾਨ, ਇਹ ਘਰ ਦੇ ਵਿੱਚੋਂ ਲਈ ਹੈ। ਅੱਛਾ, ਬਿਲਕੁਲ ਕਰੀਬੀ ਘਰ ਦੇ ਵਿੱਚੋਂ ਜੀ। ਬਿਲਕੁਲ ਠੀਕ ਹੋ ਗਿਆ, ਕਰੀਬੀ ਹੋ ਜਾਂਦਾ ਜਿੱਥੇ ਰਿਸ਼ਤੇਦਾਰੀ ਹੋ ਜਾਂਦੀ। ਬਿਲਕੁਲ ਇਸੇ ਤਰ੍ਹਾਂ। ਹਾਂਜੀ, ਥੋੜੀ ਸਾਨ ਚੋਂ ਗਾਏ ਲਈ, ਤੇ ਗਾਏ ਦਾ ਪਹਿਲੇ ਸੂਏ ਦਾ 16 ਤੋਂ 17 ਲੀਟਰ ਰਿਕਾਰਡ ਰਿਹਾ। 16 ਤੋਂ 17 ਲੀਟਰ ਰਿਕਾਰਡ ਰਿਹਾ? ਹਾਂਜੀ, ਰਿਕਾਰਡ ਰਿਹਾ, ਬਿਲਕੁਲ ਲੋਹੀ ਤੋੜ। ਅੱਛਾ, ਇਹ ਹੁਣ ਦੂਸਰਾ ਸੂਆ। ਇਹ ਗੱਲ ਦੋਸਤਾਂ ਨੂੰ ਗਾਏ ਦੱਸੇਗੀ, ਇਹ ਇਨਸ਼ਾਅੱਲਾ ਦੱਸਣ ਦੀ ਲੋੜ ਵੀ ਨਹੀਂ। ਐਰਕੀ ਜਿਹੜੀ ਗਾਏ ਨਾ ਆਪਣੀ, ਹਾਂਜੀ, ਗਾਏ ਦੇਵੀ ਕਿਸੇ ਆਪਣੀ ਤਲਕ ਵਾਲੀ ਥਾਂ ਤੇ, ਤਲਕ ਵਾਲੀ ਥਾਂ, ਤਲਕ ਵਾਲੀ ਥਾਂ ਤੈਨੂੰ ਆਵੇ ਲੰਬਾ, ਤੇ ਗਾਏ ਆਪਣੀ ਵਾਪਸ ਵਾਪਸ, ਗਾਏ ਨਾ ਦੇ 20 ਲੀਟਰ। ਅੱਛਾ, ਤੇ ਜੋ ਮਰਜ਼ੀ ਡੰਡ ਲਾ ਲਈ, ਜੋ ਮਰਜ਼ੀ ਡੰਡ ਲਾ ਲੈ। ਹਾਂਜੀ, ਤੇ ਗਾਏ ਵਾਪਸ ਲਾਂਗੇ। ਅੱਛਾ, 20 ਲੀਟਰ ਦੀ ਗਰੰਟੀ? ਹਾਂਜੀ, 20 ਲੀਟਰ ਦੀ ਗਰੰਟੀ ਗਾਏ ਦੇਵੇਗੀ ਵੱਧ। ਅੱਛਾ, ਵੱਧ ਆਪਣੀ 20 ਦੀ ਹੈ ਗਰੰਟੀ ਇਨਸ਼ਾਅੱਲਾ। ਗਾਏ ਅਗਰ ਕੋਈ ਖੁਰਾਕ ਪਾਏ ਤੇ ਤੂੰ ਕਹਿੰਦਾ 20 ਦੇ ਉੱਤੇ ਜਾਏ, ਉੱਤੇ ਲੈ ਲਵੇ ਜਿੰਨਾ ਮਰਜ਼ੀ ਲੈ ਲਵੇ, ਤੇ 20 ਲੀਟਰ ਦੀ ਗਰੰਟੀ, 20 ਲੀਟਰ ਦੀ ਪੱਕੀ ਲੋਹੇ ਤੋੜ ਗਰੰਟੀ। ਲੋਹੇ ਤੋੜ। ਲੋ ਜੀ ਦੋਸਤੋ, ਗਾਏ ਮਾਸ਼ਾਅੱਲਾ ਚੌੜੀ ਕਿੰਨੀ ਭਾਈ? ਇਹਦੇ ਚ ਕੋਈ ਸ਼ੱਕ, ਲੰਬਾਈ ਕਿੰਨੀ ਹੈ ਮਾਸ਼ਾਅੱਲਾ, ਇਹਦੇ ਚ ਕੋਈ ਸ਼ੱਕ ਨਹੀਂ। ਲੋ ਜੀ ਦੋਸਤੋ, ਦੁੱਧ ਹੋਵੇਗਾ ਤੁਹਾਡੇ ਪਾਏ ਦਾ, ਗਾਏ ਦਿਆਂਗੇ ਤੰਦਰੁਸਤ, ਬਿਲਕੁਲ ਓਕੇ ਤੰਦਰੁਸਤ ਗਾਂ ਦਿਆਂਗੇ, ਕੋਈ ਗਾਏ ਚ ਮਸਲਾ ਨਹੀਂ ਹੋਵੇਗਾ, ਤੰਦਰੁਸਤ ਦਿਆਂਗੇ। ਬਾਕੀ ਦੋਸਤਾਂ ਨੂੰ ਦੱਸੀਏ, ਦੁੱਧ ਨਸੀਬ ਦਾ, ਗਾਏ ਚ ਐਬ ਹੋਵੇ ਜੁਰਮਦਾਰ ਹੋਵਾਂਗੇ, ਗਾਏ ਚ ਮਸਲਾ ਕੋਈ ਨਹੀਂ। ਪਿੱਛੇ ਮੱਖੀ ਬੈਠੀ, ਮੱਖੀ ਉਠਾ ਲਓ। ਅੱਛਾ, ਠੀਕ ਹੋ ਗਿਆ ਇਮਤਿਆਜ਼ ਭਾਈ, ਬਿਮਾਰੀ ਦੀ ਤੇਰੀ ਗਰੰਟੀ ਹੋ ਜੀ? ਹਰ ਤਰ੍ਹਾਂ ਦੀ ਗਰੰਟੀ, ਹਰ ਤਰ੍ਹਾਂ ਦੀ ਗਰੰਟੀ, ਹਰ ਤਰ੍ਹਾਂ ਵਾਲਾ ਸੋਨਾ ਯਾਰ ਭਾਈ, ਅਗਰ ਦੋਸਤਾਂ ਦਾ ਰੂਹ ਖੁਸ਼ ਹੋਏਗਾ। 20 ਲੀਟਰ ਦੀ ਤੇਰੀ ਗਰੰਟੀ, ਤੂੰ ਕਹਿੰਦਾ 20 ਲੀਟਰ ਉੱਤੇ ਜਾ, ਲਿਬਾਸ ਬਹਾਨੇ ਭਾਈ, ਇਸ ਤਰ੍ਹਾਂ ਆਮ ਕਰਨ ਨੂੰ ਨਹੀਂ ਹੁੰਦੇ, ਨਹੀਂ ਹੁੰਦੇ ਭਾਈ ਜਾਨ, ਲਿਬਾਸ ਬਹਾਨਾ ਅਸੀਂ ਪਿਆ ਚੌੜਾ ਮਾਸ਼ਾਅੱਲਾ, ਫਿਰ ਧਾਰ ਨਾ ਧਾਰ, ਧਾਰ ਦੇ ਫਰਕ ਹੋਏ, ਪਿੱਛਾ ਹੋਏ, ਵਾਧਾ ਘਾਟਾ, ਹਰ ਗੱਲ ਦੀ ਗਰੰਟੀ। ਬਿਲਕੁਲ ਸਹੀ ਗੱਲ, ਹਾਂਜੀ, ਇਹਦਾ ਪਿਆਰ ਮੁਹੱਬਤ ਦਾ ਮੁੱਲ ਕਰ ਦੇ, ਫਾਈਨਲ ਜਾ, ਫਾਈਨਲ ਜਿਸ ਤਰ੍ਹਾਂ ਦੀ ਗਾਂ ਗਾਂ ਤੇ ਵੱਧ ਰੁਪਈਆਂ ਦੀ, ਇਹਦੇ ਕੋਈ ਸ਼ੱਕ ਨਹੀਂ। ਬਹਰਹਾਲ ਹਮੇਸ਼ਾ ਤੇਰਾ ਤੁਸੀਂ ਕਹਿੰਦੇ ਵੀ ਆਪਾਂ ਮੁਹੱਬਤਾਂ ਲੁਟਾਣੀਆਂ, ਲੋ ਮੁਹੱਬਤਾਂ, ਮੁਹੱਬਤ 2,25,000 ਰੁਪਇਆ ਫਾਈਨਲ ਜਾ, 2,25,000 ਫਾਈਨਲ ਮੁੱਲ ਜੀ, ਇਹ ਫਾਈਨਲ ਜਾ ਮੁੱਲ, ਮੁੱਲ ਨਹੀਂ ਗਾਏ ਦਾ। ਅੱਛਾ, ਇਹ ਸਿਰਫ ਮੁਹੱਬਤਾਂ ਵਾਲੇ ਮੁੱਲ ਨੇ ਸਿਰਫ, ਇਹਦੇ ਚ ਪਿਆਰ ਮੁਹੱਬਤ ਹੋ ਜਾਏਗਾ, ਥੋੜਾ ਬਹੁਤ ਹੋ ਜਾਏਗਾ, ਜ਼ਿਆਦਾ ਨਹੀਂ, ਜ਼ਿਆਦਾ ਨਹੀਂ। ਗਾਏ ਮੇਰੀ ਚੰਗੀ ਭਾਈ ਅਫਜ਼ਲ, ਆਪੇ ਤੇ ਜਿਵੇਂ ਤੇਰਾ ਇਨਸਾਫ ਕਰੋ ਮੈਂ ਕਰ, ਚਲ ਬੜੀ ਮਿਹਰਬਾਨੀ, ਜੇ ਮੁੱਲ ਕੀਤਾ ਤਾਂ ਕਹਿ ਦੇ, ਨਹੀਂ ਮੁੱਲ ਤੋਂ ਪੂਰਾ ਕੀ, ਇਹਦੇ ਕੋਈ ਸ਼ੱਕ ਨਹੀਂ, ਫਜ਼ੂਲ ਮੁੱਲ ਨਹੀਂ ਕੀਤਾ, ਐਵੇਂ ਗੱਲਾਂ ਨਾਲ ਕੋਈ ਸ਼ੱਕ ਨਹੀਂ। ਠੀਕ ਗੱਲ ਹੈ, ਲੋ ਜੀ ਦੋ ਲੋ ਜੀ ਦੋਸਤੋ, ਮਾਸ਼ਾਅੱਲਾ ਜੀ, 2,25,000 ਰੁਪਇਆ ਕੋਈ ਮੁੱਲ ਨਹੀਂ, ਗਾਏ ਦੀਆਂ ਸਾਰੀਆਂ ਗੱਲਾਂ ਦੋਸਤਾਂ ਮੇਰਿਆਂ ਦੇ ਸਾਹਮਣੇ ਨੇ, ਚੋਲਸਤਾਨੀ ਫਰੀਜ਼ਨ ਕਰਾਸ ਹੈ, ਲਬਾਸਵਾਨੇ ਦੀ, ਬੜੇ ਵੱਡੇ ਲਬਾਸਵਾਨੇ ਦੀ ਮਾਲਕ ਹੈ, ਅਤੇ 2,25,000 ਕੋਈ ਮੁੱਲ ਨਹੀਂ ਹੈ। ਸੋਨਾ ਲੈਣਾ ਅਤੇ ਮੇਰੇ ਐਨੀਮਲ ਟੀ ਵੀ ਤੋਂ ਲੈਣਾ, ਪਿੱਤਲ ਲੈਣਾ, ਜੱਗ ਸਾਰਾ ਪਿਆ ਜਿੱਥੋਂ ਮਰਜ਼ੀ ਲੈ ਲੈਣਾ, ਇਹ ਮੇਰੇ ਐਨੀਮਲ ਟੀ ਵੀ ਦੀ ਆਵਾਜ਼ ਹੈ, ਮਿਆਰ ਚਾਹੀਦਾ, ਮਿਆਰ ਲੈਣਾ, ਅਤੇ ਮੇਰੇ ਐਨੀਮਲ ਟੀ ਵੀ ਦਾ ਇੰਤਖਾਬ ਕਰਨਾ। ਲੋਕੇਸ਼ਨ ਹੈ ਜਨਾਬ, ਜ਼ਿਲ੍ਹਾ ਪਾਕਪਤਨ ਸ਼ਰੀਫ, ਪਾਕਿਸਤਾਨ, ਜ਼ਿੰਦਾਬਾਦ।